ਸਾਸਤਰੀ ਕਾਲ ਜੀ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਹੈ ਤਿਵੇਂ-ਤਿਵੇਂ ਜੋੜਾਂ ਦੀਆਂ ਦਰਦਾਂ ਸ਼ੁਰੂ ਹੋ ਜਾਂਦੀਆਂ ਉਹਦਾ ਕਾਰਨ ਪਤਾ ਕੀ ਹੈ ਸਾਡੇ ਜੋੜਾਂ ਦਾ ਕਮਜ਼ੋਰ ਹੋਣਾ ਇਸ ਲਈ ਅੱਜ ਮੈਂ ਲੈ ਕੇ ਆਈਆਂ ਇਹਨਾਂ ਤੋਂ ਛੁਟਕਾਰਾ ਪਾਣ ਲਈ ਕੁਝ ਘਰੇਲੂ ਨੁਸਖੇ ਜੇਕਰ ਜੋੜਾਂ 'ਚ ਦਰਦ ਹੈ ਉੱਤੇ ਸੂਜਨ ਵੀ ਆ ਗਈ ਹੈ ਉਹਦੇ ਤੇ ਨਿੰਬੂ ਦਾ ਰਸ ਕੱਢ ਕੇ ਉਹਦੀ ਮਾਲਿਸ਼ ਕਰੋ ਨਾਲ ਨਿੰਬੂ ਦਾ ਰਸ ਵੀ ਪੀਓ ਉਹਦੇ ਨਾਲ ਵੀ ਬੜਾ ਆਰਾਮ ਮਿਲੂ ਕੁਝ ਦਿਨ ਲਗਾਤਾਰ ਇਸ ਤਰ੍ਹਾਂ ਕਰਨ ਦੇ ਨਾਲ ਨਾੜੀਆਂ ਦੀ ਕਮਜ਼ੋਰੀ ਦੂਰ ਹੁੰਦੀ ਹੈ ਲਚਕ ਵੱਧਦੀ ਹੈ ਉਹਦੇ ਨਾਲ ਦਰਦ ਵੀ ਘਟ ਜਾਂਦੀ ਵੈਸੇ ਜੋੜਾਂ ਦੇ ਦਰਦ ਵਾਲੇ ਨੂੰ ਸਲਾਦ ਦੇ ਵਿੱਚ ਕੁੰਦਰ ਜ਼ਰੂਰ ਖਾਣਾ ਚਾਹੀਦਾ ਹੈ ਨਹੀਂ ਤੇ ਸੰਤਰੇ ਦੇ ਰਸ ਵਿੱਚ ਕੁੰਦਰ ਦਾ ਰਸ ਮਿਲਾ ਕੇ ਪੀਣਾ ਚਾਹੀਦਾ ਹੈ ਉਹਦੇ ਨਾਲ ਵੀ ਬੜਾ ਆਰਾਮ ਮਿਲਦਾ ਹੈ ਨਹੀਂ ਤੇ 50 ਗ੍ਰਾਮ ਗਿਉਂ ਪਾਣੀ ਚ ਉਬਾਲੋ ਉਸ ਪਾਣੀ ਦੇ ਨਾਲ ਉਹਨਾਂ ਜੋੜਾਂ ਨੂੰ ਧੋ ਜਿਹਦੇ ਚ ਦਰਦ ਹੁੰਦੀ ਹੈ ਨਾਲੇ ਅਗਰ ਤੁਸੀਂ ਸਿਕਾਈ ਕਰੋ ਤੇ ਉਹਦੇ ਨਾਲ ਵੀ ਬੜਾ ਆਰਾਮ ਆਂਦਾ ਹੈ ਪਤਾ ਕਿਉਂ ਕਿਉਂਕਿ ਜੋੜਾਂ ਦੀ ਸੋਜਣ ਜੋ ਘਟ ਜਾਂਦੀ ਹੈ ਜੋੜਾਂ ਦੇ ਦਰਦ ਵਿੱਚ ਸੰਤਰਾ ਵੀ ਬੜਾ ਫਾਇਦੇਮੰਦ ਹੈ ਦੁਪਹਿਰੇ ਇੱਕ ਸੰਤਰਾ ਜ਼ਰੂਰ ਖਾਓ ਨਹੀਂ ਤੇ ਇੱਕ ਗਲਾਸ ਸੰਤਰੇ ਦਾ ਜੂਸ ਪੀਓ ਪਰ ਆਪਾਂ ਉਹਦੇ 'ਚ ਬਰਫ਼ ਬਿਲਕੁਲ ਨਹੀਂ ਪਾਣੀ ਅਜਵੈਨ ਵਿੱਚ ਵੀ ਜੋੜਾਂ ਦੇ ਦਰਦ ਨੂੰ ਠੀਕ ਕਰਨ ਵਾਲੇ ਬੜੇ ਗੁਣ ਹੁੰਦੇ ਆ ਇਸ ਲਈ ਤੁਸੀਂ ਸਬਜ਼ੀ 'ਚ ਅਜਵੈਨ ਪਾਓ ਰੋਟੀ 'ਚ ਅਜਵੈਨ ਪਾਓ ਨਹੀਂ ਤੇ ਅਜਵੈਨ ਦੀ ਇੱਕ ਪੋਟਲੀ ਬਣਾ ਕੇ ਗਰਮ ਕਰੋ ਉਹਦੀ ਟਕੋਰ ਕਰੋ ਆਪਣੇ ਜੋੜਾਂ ਤੇ ਬੜਾ ਆਰਾਮ ਮਿਲੂ ਅਗਰ ਜੋੜਾਂ ਦੇ ਦਰਦ ਦੀ ਸ਼ਿਕਾਇਤ ਹੈ 10 ਗ੍ਰਾਮ ਅਦਰਕ ਪਾਣੀ ਚ ਉਬਾਲ ਲਓ ਦਿਹਾੜੀ ਚ ਇੱਕ ਵਾਰੀ ਲਗਾਤਾਰ ਕੁਝ ਦਿਨ ਪੀਓ ਉਹਦੇ ਨਾਲ ਵੀ ਜੋੜਾਂ ਦੇ ਦਰਦ ਤੋਂ ਆਰਾਮ ਮਿਲੂ ਜੋੜਾਂ ਦੇ ਦਰਦ ਵਾਲੇ ਨੂੰ ਗਰਮੀਆਂ ਦੇ ਵਿੱਚ ਤਰਬੂਜ ਦਾ ਰਸ ਇੱਕ ਵਾਰੀ ਦਿਹਾੜੀ ਚ ਜ਼ਰੂਰ ਪੀਣਾ ਚਾਹੀਦਾ ਕਿਉਂਕਿ ਉਹ ਵੀ ਦਰਦ ਨੂੰ ਘੱਟ ਕਰਦਾ ਮੈਨੂੰ ਲੱਗਦਾ ਹੈ ਹੁਣ ਤੁਸੀਂ ਸਮਝ ਗਏ ਹੋ ਜਿਨ੍ਹਾਂ ਨੂੰ ਜੋੜਾਂ ਦੇ ਦਰਦ ਦੀ ਸ਼ਿਕਾਇਤ ਹੈ ਉਹਨਾਂ ਲਈ ਛੁਟਕਾਰਾ ਪਾਣਾ ਵੀ ਕਿੰਨਾ ਆਸਾਨ ਹੈ